ਸਭ ਤੋਂ ਪਹਿਲਾਂ ਤਾਂ ਸਾਰੀ ਪ੍ਰੈਸ ਨੂੰ ਦਲ ਖਾਲਸਾ ਦਫ਼ਤਰ ਵਿੱਚ ਪਹੁੰਚਣ 'ਤੇ ਜੀ ਹਾਂ ਆਖਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ। ਕੱਲ੍ਹ 1 ਜੂਨ ਆ, ਕੱਲ੍ਹ ਤੋਂ ਸਿੱਖ ਕੌਮ ਦੇ ਲਈ ਖਾਸ ਤੌਰ ਦੇ ਉੱਤੇ ਔਰ ਸਾਰੇ ਹੀ ਸਿੱਖ ਜਗਤ ਦੇ ਲਈ ਇੱਕ ਅਹਿਮ ਹਫ਼ਤਾ ਸ਼ੁਰੂ ਹੋਣ ਵਾਲਾ ਹੈ, ਜਿਹਨੂੰ ਅਸੀਂ ਘੱਲੂਘਾਰੇ ਦੇ ਨਾਂ ਦੇ ਨਾਲ ਜਾਣਦੇ ਹਾਂ। ਜੂਨ 1984 ਦੇ ਵਿੱਚ 1 ਤੋਂ ਲੈ ਕੇ 6 ਜੂਨ ਤੱਕ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਸਮੂਹ ਦੇ ਉੱਤੇ ਹਮਲਾ ਕੀਤਾ ਗਿਆ। ਜਿਹੜੇ ਸਿੱਖ, ਜਿਹੜੇ ਐਕਟੀਵਿਸਟ ਪੰਜਾਬ ਦੇ ਹੱਕਾਂ ਦੇ ਲਈ, ਸਿੱਖਾਂ ਦੇ ਹੱਕਾਂ ਦੇ ਲਈ, ਔਰ ਬਹੁਤਾਤ, ਫਿਰ ਮੈਂ ਸ਼ਬਦ ਵਰ ਰਿਹਾ, ਬਹੁਤਾਤ ਪੰਜਾਬ ਦੇ ਹੱਕਾਂ ਦੇ ਲਈ ਧਰਮ ਯੁੱਧ ਮੋਰਚਾ ਲਾ ਕੇ ਬੈਠੇ ਹੀ ਲੜ ਰਹੇ ਸੀ, ਸੰਘਰਸ਼ ਕਰ ਰਹੇ ਸੀ, ਉਹਨਾਂ ਨੂੰ ਸਰਕਾਰ ਨੇ ਆਪਣੀ ਫੌਜ ਦੀ ਤਾਕਤ ਵਰਤ ਕੇ ਇਲੀਮੀਨੇਟ ਕੀਤਾ। ਜਿੱਥੇ ਉਹਨਾਂ ਜੁਝਾਰੂਆਂ ਨੂੰ ਇਲੀਮੀਨੇਟ ਕੀਤਾ ਔਰ ਸਾਡੇ ਜੁਝਾਰੂਆਂ ਨੇ ਭਾਰਤੀ ਫੌਜ ਦਾ ਮੁਕਾਬਲਾ ਵੀ ਕੀਤਾ, ਉਹ ਇੱਕ ਜੰਗ ਹਿੰਦ ਪੰਜਾਬ ਦਾ ਜਿਹੜਾ ਸੀ ਉਹ ਲੜਿਆ ਗਿਆ। ਉਸ ਦੇ 'ਚ ਡੁੱਲੇ ਲਹੂ ਦਾ ਸਾਨੂੰ ਕੋਈ ਰੋਸ ਨਹੀਂ ਗਾ, ਜਿਹੜੇ ਸਾਡੇ ਯੋਧੇ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਦੇ ਸ਼ਹਾਦਤਾਂ ਪ੍ਰਾਪਤ ਕਰ ਗਏ। ਪਰ ਉਸੇ ਦੌਰ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵੀ ਵਾਪਰਿਆ ਜਿਨ੍ਹਾਂ ਨੇ ਨਾ ਹਥਿਆਰ ਚੁੱਕੇ ਸੀ, ਨਾ ਉਹ ਧਰਮ ਯੁੱਧ ਮੋਰਚੇ ਦਾ ਹਿੱਸਾ ਸੀ, ਇੱਕ ਆਮ ਸ਼ਰਧਾਲੂਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇੱਥੋਂ ਤੱਕ ਕਿ ਇੰਨੀ ਜ਼ਿਆਦਾ ਨਫ਼ਰਤ ਮਨਾਂ ਦੇ ਵਿੱਚ ਫੋਰਸਿਸ ਨੇ ਪਾਲੀ ਹੋਈ ਸੀ, ਸਰਕਾਰਾਂ ਨੇ ਪਾਲੀ ਹੋਈ ਸੀ, ਕਿ ਸਰੀਰ 'ਤੇ ਖਤਮ ਕੀਤੇ ਹੀ ਕੀਤੇ, ਜਿਹੜੇ ਸ਼ਰਧਾਲੂ ਉੱਥੇ ਆਏ ਸੀ ਉਹਦੇ ਖਤਮ ਕੀਤੇ ਹੀ ਕੀਤੇ। ਉਹਦੇ ਨਾਲ ਨਾਲ ਸਿੱਖ ਰੈਫਰੈਂਸ ਲਾਇਬ੍ਰੇਰੀ ਵੀ, ਸਾਡਾ ਜਿਹੜਾ ਖਜ਼ਾਨਾ ਹੈ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਇਤਿਹਾਸਕ ਡਾਕੂਮੈਂਟਸ ਪਏ ਸੀ, ਉਹਨੂੰ ਵੀ ਜਾਣ ਬੁੱਝ ਕੇ ਸਾੜ ਕੇ ਸਵਾਹ ਕੀਤਾ, ਅਤੇ ਬਹੁਤ ਸਾਰੇ ਡਾਕੂਮੈਂਟ ਉਸ ਅੱਗ ਦੀ ਆੜ ਹੇਠ ਇੱਥੋਂ ਲਿਜਾਏ ਵੀ ਗਏ। ਸੋ ਉਹ ਸਾਰਾ ਹਫ਼ਤਾ ਜਿਹੜਾ ਕੱਲ੍ਹ ਨੂੰ ਸ਼ੁਰੂ ਹੋਣ ਜਾ ਰਿਹਾ। ਦਲ ਖਾਲਸਾ ਹਰ ਸਾਲ 5 ਜੂਨ ਸ਼ਾਮ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਕਰਦੀ ਆ, ਔਰ ਇਸ ਵਾਰ ਵੀ ਦਲ ਖਾਲਸਾ 5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ਼ਾਮ 5 ਜੂਨ ਨੂੰ ਸ਼ਾਮ 5 ਵਜੇ ਆਰੰਭ ਕਰੇਗਾ, ਜਿਹੜਾ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਦਰਬਾਰ ਸਾਹਿਬ ਜਾ ਕੇ ਸਮਾਪਤ ਹੋਏਗਾ, ਔਰ ਉੱਥੇ ਸ਼ਹੀਦਾਂ ਦੇ ਨਿਮਿੱਤ ਅਰਦਾਸ ਕੀਤੀ ਜਾਏਗੀ। ਉਸ ਦੇ ਨਾਲ ਹੀ 6 ਜੂਨ ਦਾ ਜਿਹੜਾ ਦਿਨ ਆ, ਜਿਹੜਾ ਕਿ ਇੱਕ ਪੀਕ ਵਾਲਾ ਦਿਨ ਸੀ ਇਸ ਜੰਗ ਦਾ, ਉਸ ਦਿਨ ਦੇ ਉੱਤੇ ਦਲ ਖਾਲਸਾ ਹਮੇਸ਼ਾ ਹੀ ਬੰਦ ਦਾ ਸੱਦਾ ਦਿੰਦਾ ਆਇਆ। ਇਸ ਵਾਰ ਵੀ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਲ ਖਾਲਸਾ ਵੱਲੋਂ ਦਿੱਤਾ ਜਾਂਦਾ ਹੈ। ਇਸ ਬੰਦ ਦੇ ਸੱਦੇ ਨੂੰ ਜਿੱਥੇ ਅੰਮ੍ਰਿਤਸਰ ਵਾਸੀ ਭਰਵਾਂ ਹੁੰਗਾਰਾ ਦਿੰਦੇ ਨੇ, ਔਰ ਇਕੱਲੀ ਸਿੱਖ ਕੌਮ ਹੀ ਨਹੀਂ, ਅਸੀਂ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਸਾਡੀ ਦੂਸਰੀ ਕਮਿਊਨਿਟੀਜ਼ ਦੇ ਲੋਕਾਂ ਦਾ, ਚਾਹੇ ਉਹ ਹਿੰਦੂ ਭਰਾ ਹੋਣ ਚਾਹੇ ਮੁਸਲਮਾਨ ਭਰਾ ਹੋਣ, ਜਿੰਨੇ ਵੀ ਅੰਮ੍ਰਿਤਸਰ ਦੇ ਵਾਸੀ ਨੇ ਉਹ ਆਪਣੇ ਕਾਰੋਬਾਰੀ ਅਦਾਰੇ ਬੰਦ ਕਰਕੇ ਸਾਡਾ ਸਹਿਜ ਸਾਥ ਦਿੰਦੇ ਆਏ ਨੇ ਔਰ ਸਿੱਖਾਂ ਦੀ ਸਪੀਡ ਦੇ ਵਿੱਚ ਸ਼ਾਮਿਲ ਹੁੰਦੇ ਆਏ ਨੇ। ਇਸ ਵਾਰ ਵੀ ਅਸੀਂ ਆਪਣੇ ਉਹਨਾਂ ਭਰਾਵਾਂ ਤੋਂ ਇਹੀ ਆਸ ਰੱਖਾਂਗੇ ਕਿ ਉਹ ਆਪਣੇ ਕਾਰੋਬਾਰੀ ਅਦਾਰੇ ਜਿਹੜੇ ਆ ਉਹ ਬੰਦ ਰੱਖ ਕੇ ਸਾਡੇ ਇਸ ਦਿਨ ਦੇ ਉੱਤੇ ਸਾਡੀ ਪੀੜ ਦੇ ਵਿੱਚ ਸ਼ਾਮਿਲ ਹੋਣ, ਔਰ ਜਿੱਥੇ ਮੈਂ ਇੱਕ ਸ਼ਬਦ ਵਰਤਿਆ ਕਿ ਜਿੱਥੇ ਅੰਮ੍ਰਿਤਸਰ ਵਾਸੀ ਸਾਡਾ ਪੂਰਾ ਸਹਿਯੋਗ ਦਿੰਦੇ ਆ ਰਹੇ ਨੇ, ਉੱਥੇ ਹੀ ਕੁਝ ਗਲਤ ਫਹਿਮੀਆਂ ਵੀ ਇਸ ਬੰਦ ਨੂੰ ਲੈ ਕੇ ਫੈਲਾਈਆਂ ਜਾਂਦੀਆਂ ਨੇ। ਕੁਝ ਉਹ ਨੇ ਜਿਹੜੀਆਂ ਸਰਕਾਰਾਂ ਵੱਲੋਂ ਪ੍ਰੋਪੇਗੇਟ ਕੀਤੀਆਂ ਜਾਂਦੀਆਂ ਨੇ, ਅਤੇ ਕੁਝ ਉਹ ਵੀ ਨੇ ਜਿਹੜੀਆਂ ਕੁਝ ਸਾਡੇ ਭਰਾਵਾਂ ਵੱਲੋਂ ਅਣਜਾਣਪੁਣੇ ਵਿੱਚ ਕਹਿ ਦਿੱਤੀਆਂ ਜਾਂਦੀਆਂ ਨੇ।
ਉਹਨਾਂ ਦੇ ਵਿੱਚ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਹੈ ਔਰ ਉਹਦੇ ਉੱਤੇ ਆਪਣਾ ਸਟੈਂਡ ਜਿਹੜਾ ਆ ਉਹ ਵੀ ਕਲੀਅਰ ਕਰਨਾ ਹੈ। ਪਹਿਲੀ ਇਹ ਕਹੀ ਜਾਂਦੀ ਆ ਕਿ ਬੰਦ ਕਰਵਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾਂਦਾ, ਬਿਲਕੁਲ ਸਰਾਸਰ ਝੂਠ ਹੈ। ਕਦੀ ਵੀ ਬੰਦ ਦੀ ਕੌਲ ਨੂੰ ਦਹਿਸ਼ਤ ਦੇ ਮਾਹੌਲ ਦੇ ਨਾਲ ਜੋੜਨਾ ਬੇਤੁਕਾ ਆ। ਅਸੀਂ ਕਿਸੇ ਦੇ ਨਾਲ ਵੀ ਜ਼ੋਰ ਜ਼ਬਰਦਸਤੀ ਨਹੀਂ ਕਰਦੇ। ਅਸੀਂ ਅੰਮ੍ਰਿਤਸਰ ਦੇ ਇਕੱਲੇ ਇਕੱਲੇ ਅਦਾਰੇ ਦੇ ਕੋਲ ਜਾ ਕੇ ਇਹ ਪੂਰਾ ਹਫ਼ਤਾ ਉਹਨਾਂ ਨੂੰ ਅਪੀਲ ਕਰਦੇ ਹਾਂ ਅਤੇ ਉਹ ਸਾਡਾ ਸਾਥ ਵੀ ਦਿੰਦੇ ਨੇ, ਪਰ ਇਹਨੂੰ ਦਹਿਸ਼ਤ ਦੇ ਨਾਲ ਜੋੜ ਕੇ ਬੇਤੁਕੀ ਬਿਆਨਬਾਜ਼ੀ ਕੀਤੀ ਜਾਂਦੀ ਹੈ। ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰਦੇ, ਕਿਸੇ ਦੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਂਦੀ, ਔਰ ਇਹਨੂੰ ਦਹਿਸ਼ਤ ਕਹਿਣਾ ਇਹ ਇੱਕਦਮ ਬੇਤੁਕਾ। ਦਹਿਸ਼ਤ ਸਗੋਂ ਉਹ ਆ ਜਦੋਂ ਇਸ ਹਫ਼ਤੇ ਦੇ ਵਿੱਚ ਮਿਲਟਰੀ ਆਪਣੇ ਹੱਥਾਂ ਦੇ ਵਿੱਚ ਅਸਾਲਟਾਂ ਲੈ ਕੇ ਅੰਮ੍ਰਿਤਸਰ ਦੇ ਚੌਂਕਾਂ ਦੇ ਵਿੱਚ ਆ ਖੜ੍ਹਦੀ ਹੈ। ਦਹਿਸ਼ਤ ਦਾ ਮਾਹੌਲ ਸਰਕਾਰ ਵੱਲੋਂ ਪੈਦਾ ਕੀਤਾ ਜਾਂਦਾ, ਨਾ ਕਿ ਸਾਡੇ ਵੱਲੋਂ। ਦੂਸਰੀ ਗਲਤਫਹਿਮੀ ਇਹ ਪਾਈ ਜਾਂਦੀ ਆ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਏਗਾ ਜੀ ਇਸ ਦਿਨ, ਇਹੋ ਜਿਹਾ ਕੁਝ ਨਹੀਂ ਆ। ਅਸੀਂ ਇੱਥੇ ਸਾਫ਼ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨਹੀਂ ਰੋਕੀ ਜਾਏਗੀ। ਹਰ ਬੰਦੇ ਨੂੰ ਫਰੀਡਮ ਆ ਕਿ ਉਹ ਆਪਣੇ ਘਰ 'ਚੋਂ ਨਿਕਲੇ, ਜਿੱਥੇ ਜਾਣਾ ਚਾਹਵੇ ਉਹ ਜਾ ਸਕਦਾ ਹੈ, ਕਿਸੇ ਨੂੰ ਵੀ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਣਗੀਆਂ। ਜਿਹੜੀਆਂ ਦੁਕਾਨਾਂ ਤੋਂ ਦਵਾਈਆਂ ਮਿਲਦੀਆਂ ਨੇ ਉਹ ਦੁਕਾਨਾਂ ਵੀ ਖੁੱਲ੍ਹੀਆਂ ਰਹਿਣਗੀਆਂ, ਹੋਸਪਿਟਲਸ ਖੁੱਲ੍ਹੇ ਰਹਿਣਗੇ, ਇਹ ਸਾਰੇ ਜਿਹੜੇ ਅਦਾਰੇ ਨੇ ਜਿਹੜੇ ਐਮਰਜੈਂਸੀ ਅਦਾਰੇ ਨੇ ਉਹ ਖੁੱਲ੍ਹੇ ਰਹਿਣਗੇ। ਅਸੀਂ ਬੰਦ ਦੀ ਕੌਲ ਕਾਰੋਬਾਰੀ ਅਦਾਰਿਆਂ ਨੂੰ ਦਿੰਦੇ ਅਤੇ ਕਾਰੋਬਾਰੀ ਅਦਾਰੇ ਵੈਸੇ ਵੀ ਆਪੋ ਆਪਣੇ ਸ਼ਹਿਰ ਦੇ ਮੁਤਾਬਕ ਉਹਨਾਂ ਨੇ ਮਹੀਨੇ ਵਿੱਚ ਹਫ਼ਤੇ ਵਿੱਚ ਇੱਕ ਦਿਨ ਮਿੱਥਿਆ ਹੁੰਦਾ ਜਦੋਂ ਉਹ ਬੰਦ ਕਰਦੇ ਨੇ, ਅਤੇ ਇਹ ਕਹਿ ਦੇਣਾ ਕਿ ਇੱਕ ਦਿਨ ਬੰਦ ਕਰਨ ਦੇ ਨਾਲ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ, ਇਹ ਵੀ ਬੇਤੁਕੀ ਗੱਲ। ਜੇ ਇੱਕ ਦਿਨ ਬੰਦ ਕਰਨ ਦੇ ਨਾਲ ਇੰਨਾ ਹੀ ਵੱਡਾ ਨੁਕਸਾਨ ਹੁੰਦਾ ਹੈ ਤਾਂ ਮੈਨੂੰ ਲੱਗਦਾ ਹੈ ਫਿਰ ਕੋਈ ਵੀ ਕਾਰੋਬਾਰੀ ਅਦਾਰਾ ਆਪਣੇ ਰੂਟੀਨ ਦੇ ਵਿੱਚ ਦਿਨ ਨਾ ਜੋੜਦਾ ਜਿੱਦਣ ਉਹ ਬੰਦ ਰੱਖਦਾ ਹੈ ਆਪਣੀ ਦੁਕਾਨ। ਸੋ ਕਾਰੋਬਾਰੀ ਅਦਾਰੇ ਬੰਦ ਹੋਣੇ ਨੇ, ਸਕੂਲ ਕਾਲਜਸ ਬੰਦ ਹੋਣੇ ਨੇ, ਜਿਹੜੇ ਇਨਕਮ ਦੇ ਸਾਧਨ ਨੇ ਦੂਸਰੇ ਉਹ ਬੰਦ ਹੋਣੇ ਨੇ, ਬਟ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਨਹੀਂ ਹੋਣਗੀਆਂ ਅਤੇ ਨਾ ਹੀ ਕਿਸੇ ਨੂੰ ਆਉਣ ਜਾਣ ਤੋਂ ਡੱਕਿਆ ਜਾਏਗਾ। ਸਗੋਂ ਅਸੀਂ ਇਹ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਘਰਾਂ 'ਚੋਂ ਨਿਕਲਣ ਇਸ ਬੰਦ ਦੇ ਦਿਨ ਦੇ ਉੱਤੇ, ਔਰ ਆਪਣੇ ਨੇੜੇ ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਨਤਮਸਤਕ ਹੋਣ, ਔਰ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਨਿਮਿਤ ਅਰਦਾਸ ਦੇ ਵਿੱਚ ਸ਼ਾਮਿਲ